ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਪੁਲਿਸ ਨੇ ਅੱਜ ਫਿਰ ਇੱਕ ਐਨਕਾਊਂਟਰ ਕੀਤਾ। ਤਸਵੀਰਾਂ ਦਿਖਾ ਦਿੰਦੇ ਹਾਂ, ਬਿਲਕੁਲ ਸਾਹਮਣੇ ਵਾਲੇ ਪਾਸੇ ਜਿਹੜਾ ਕਿ ਦੋ ਗੈਂਗਸਟਰ ਨਾਲ ਸੰਬੰਧਿਤ ਦੋ ਜਣਿਆਂ ਨੂੰ ਗੋਲੀ ਮਾਰੀ ਗਈ ਹੈ ਔਰ ਐਂਬੂਲੈਂਸ ਦੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ, ਚਾਹੇ ਉਹ ਲਾਅ ਅਫਸਰ ਹੋਣ, ਚਾਹੇ ਉਹ ਫੋਰੈਂਸਿਕ ਦੇ ਹੋਣ, ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ, ਤੇ ਆਪਣੀ ਹੋਣਗੇ ਇਹਨਾਂ ਦੇ। ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ। ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 9781-100-200 ਤੇ ਮੈਸੇਜ ਕਰੋ। ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ। ਵਿੱਚ ਇਸ ਵੇਲੇ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਜਿਹੜੀ ਕਵਾਇਦ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ। ਮੈਂ ਤਸਵੀਰਾਂ ਤੁਹਾਡਾ ਅੱਗਿਓਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਕਿਸ ਤਰੀਕੇ ਨਾਲ ਪੁਲਿਸ ਦੀ ਮੁੱਠਭੇੜ ਹੋਈ ਹੈ, ਸਾਰੀ ਜਾਣਕਾਰੀ ਵੀ ਹਾਸਲ ਕਰਾਂਗੇ। ਪਰ ਫਿਲਹਾਲ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦੋ ਸ਼ਖਸ ਜਿਹੜੇ ਹੈਗੇ ਉਹਨਾਂ ਨੂੰ ਗੋਲੀ ਲੱਗੀ ਹੈ ਔਰ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਗੋਲੀ ਚਲਾਈ ਗਈ। ਹਾਲਾਂਕਿ ਉਹਨਾਂ ਨੂੰ ਪਹਿਲਾਂ ਪੁਲਿਸ ਵੱਲੋਂ ਸਰੈਂਡਰ ਕਰਨ ਲਈ ਕਿਹਾ ਗਿਆ ਸੀਗਾ, ਪਰ ਉਹਨਾਂ ਨੇ ਪੁਲਿਸ 'ਤੇ ਗੋਲੀਬਾਰੀ ਕੀਤੀ, ਜਿਹਦੀ ਜਵਾਬੀ ਕਾਰਵਾਈ ਕਰਦਿਆਂ ਹੋਇਆ ਪੁਲਿਸ ਵੱਲੋਂ ਵੀ ਉਹਨਾਂ 'ਤੇ ਗੋਲੀ ਚਲਾਈ ਗਈ ਹੈ। ਇਸ ਐਂਬੂਲੈਂਸ ਦੇ ਵਿੱਚ ਉਹਨਾਂ ਨੂੰ ਸਿਵਲ ਹੋਸਪਿਟਲ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉੱਥੇ ਸਿਵਲ ਹੋਸਪਿਟਲ ਲਿਜਾਇਆ ਜਾਏਗਾ। ਕਿਸ ਗੈਂਗ ਨਾਲ ਸੰਬੰਧਿਤ ਨੇ, ਕੀ ਗਤੀਵਿਧੀਆਂ ਦੇ ਵਿੱਚ ਇਹਨਾਂ ਦਾ ਹੱਥ ਸੀਗਾ, ਸਾਰਾ ਕੁਛ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਰ ਫਿਲਹਾਲ ਨੰਗਲ ਕਰਾਰਖਾਂ ਇਲਾਕਾ ਦੱਸਿਆ ਜਾਂਦਾ ਜਿੱਥੇ ਇਹ ਐਨਕਾਊਂਟਰ ਕੀਤਾ ਗਿਆ। ਮੈਂ ਤਸਵੀਰਾਂ ਦੂਜੇ ਪਾਸੇ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਕਿ ਜਿੱਥੇ ਰਸਤੇ ਜਿਹੜੇ ਦੂਸਰੇ ਪਿੰਡਾਂ ਵੱਲ ਨੂੰ ਜਾਂਦੇ ਨੇ ਉਹਦੇ ਉੱਤੇ ਫਾਇਰ ਕੀਤਾ ਔਰ ਦੋ ਜਾਣੇ ਜਿਹੜੇ ਸੀਗੇ ਉਹਨਾਂ ਨੂੰ ਪੁਲਿਸ ਵੱਲੋਂ ਗੋਲੀ ਮਾਰੀ ਗਈ ਹੈ ਔਰ ਲੱਤਾਂ ਦੇ ਵਿੱਚ ਦੋਨਾਂ ਦੇ ਗੋਲੀਆਂ ਲੱਗੀਆਂ ਨੇ। ਬਿਸ਼ਨੋਈ ਗੈਂਗ ਨਾਲ ਸੰਬੰਧਿਤ ਐਂਬੂਲੈਂਸ ਜ਼ਰੀਏ ਇਹਨਾਂ ਨੂੰ ਹਸਪਤਾਲ ਲੈ ਕੇ ਜਾਇਆ ਜਾ ਰਿਹਾ ਅਤੇ ਹੋਰ ਜਿਹੜੀ ਵਾਰਦਾਤ ਹੈਗੀ ਹੈ ਜੋ ਵੀ ਇਹਨਾਂ ਨੇ ਇਨਪੁੱਟ ਅਗਲੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀਗਾ ਜਾਂ ਕਹਿ ਲਈਏ ਕਿ ਜਿੱਦਾਂ ਦੱਸਿਆ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਪਹਿਲਾਂ ਵੀ 14 ਦੇ ਕਰੀਬ ਇਹਨਾਂ ਦੇ ਪਰਚੇ ਹੈਗੇ ਨੇ। ਹੋਰ ਜਿਹੜੀ ਐਨਕਾਊਂਟਰ ਤੋਂ ਬਾਅਦ ਹੋਰ ਜਿਹੜੀ ਇਨਵੈਸਟੀਗੇਸ਼ਨ ਹੋਏਗੀ ਉਸ ਤੋਂ ਸਾਫ਼ ਪਤਾ ਚੱਲੇਗਾ ਕਿ ਹੋਰ ਕਿਹੜੀਆਂ ਵਾਰਦਾਤਾਂ 'ਚ ਇਹਨਾਂ ਨੇ ਸ਼ਮੂਲੀਅਤ ਕਰਨੀ ਸੀਗੀ। ਇਸ ਜਗ੍ਹਾ ਦੇ ਵਿੱਚ ਉਹ ਗੈਂਗਸਟਰ ਜਿਹੜੇ ਸੀਗੇ ਛੁਪੇ ਹੋਏ ਸੀਗੇ, ਲੁਕੇ ਹੋਏ ਸੀਗੇ, ਜਿਨ੍ਹਾਂ ਨੂੰ ਪੁਲਿਸ ਨੇ ਸਰੈਂਡਰ ਕਰਨ ਲਈ ਕਿਹਾ ਗਿਆ। ਇਹ ਤੁਹਾਨੂੰ ਹਥਿਆਰ ਵੀ ਦਿਖਾਉਂਦੇ ਆ ਜਿਹੜੇ ਉਹਨਾਂ ਕੋਲ ਬਰਾਮਦ ਹੋਏ ਨੇ। ਇਹ ਹਥਿਆਰ ਨੇ ਜਿਹੜੀ ਮਾਰਕਿੰਗ ਕੀਤੀ ਗਈ ਹੈ ਪੁਲਿਸ ਵੱਲੋਂ, ਇਹ ਹਥਿਆਰ ਜਿਹੜੇ ਹੈਗੇ ਨੇ ਇਹ ਉਹਨਾਂ ਕੋਲ ਬਰਾਮਦ ਕੀਤੇ ਗਏ ਨੇ। ਉਹਨਾਂ ਦੇ ਕੋਲ ਜਿਹੜੇ ਸੀਗੇ ਜਿਨ੍ਹਾਂ ਨਾਲ ਪੁਲਿਸ ਦੇ ਉੱਤੇ ਗੋਲੀਬਾਰੀ ਕੀਤੀ, ਹੋਰ ਵੀ ਹਥਿਆਰ ਹੈਗੇ ਨੇ ਜਿਹੜੇ ਦੂਸਰੇ ਪਾਸੇ ਪਏ ਨੇ। ਇਸ ਜਗ੍ਹਾ 'ਤੇ ਵੀ ਇੱਕ ਹਥਿਆਰ ਜਿਹੜਾ ਹੈਗਾ ਪਿਆ ਹੈਗਾ ਔਰ ਕਿੰਨੇ ਰਾਊਂਡ ਫਾਇਰ ਹੋਏ ਨੇ। ਇੱਕ ਇਹ ਹਥਿਆਰ ਉਹਨਾਂ ਕੋਲੋਂ ਬਰਾਮਦ ਹੋਇਆ ਔਰ ਤਿੰਨ ਗੋਲੀਆਂ ਜਿਹੜੀਆਂ ਗੋਲੀ ਖਾਲੀ ਚੱਲੇ ਹੋਏ ਬਰੂਦ ਜਿਹੜੇ ਹੈਗੇ ਰਾਊਂਡ ਜਿਹੜੇ ਹੈਗੇ ਉਹ ਇੱਥੇ ਮੌਜੂਦ ਹੈਗੇ ਨੇ। ਇਹ ਗੋਲੀਆਂ ਜਿਹੜੀਆਂ ਹੈਗੀਆਂ ਚੱਲੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਪੁਲਿਸ ਵੱਲੋਂ ਮਾਰਕਿੰਗ ਕੀਤੀ ਹੋਈ ਆ ਅਤੇ ਇਸ ਸੰਬੰਧਿਤ ਪੁਲਿਸ ਨਾਲ ਵੀ ਗੱਲਬਾਤ ਅਸੀਂ ਕਰਾਂਗੇ ਕਿ ਪੁਲਿਸ ਵੱਲੋਂ ਕੀ ਇਨਪੁੱਟ ਮਿਲੀ ਸੀਗੀ, ਕਿਸ ਤਰੀਕੇ ਨਾਲ ਉਹਨਾਂ ਨੇ ਇਹਨਾਂ ਨੂੰ ਰਾਊਂਡ ਅਪ ਕੀਤਾ, ਕਿਸ ਤਰੀਕੇ ਨਾਲ ਉਹਨਾਂ ਨੂੰ ਇਨਪੁੱਟ ਮਿਲਦੀ ਹੈ ਅਤੇ ਕਿਸ ਤਰੀਕੇ ਨਾਲ ਉਹਨਾਂ ਦਾ ਇਸ ਜਗ੍ਹਾ 'ਤੇ ਨੰਗਲ ਕਰਾਰਖਾਂ ਜਿਹੜਾ ਇਲਾਕਾ ਹੈਗਾ ਬੀਆਬਾਨ ਇਲਾਕਾ ਹੈਗਾ ਇਸ ਜਗ੍ਹਾ 'ਤੇ ਉਹਨਾਂ ਦਾ ਐਨਕਾਊਂਟਰ ਕੀਤਾ ਗਿਆ। ਤਾਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨਾਲ ਹੈਗੇ ਨੇ, ਗੱਲਬਾਤ ਕਰਦੇ ਕਿ ਕਿਵੇਂ ਇਨਪੁੱਟ ਮਿਲਦੀ ਉਹਨਾਂ ਨੂੰ, ਕਿਸ ਤਰੀਕੇ ਨਾਲ ਮੁੱਠਭੇੜ ਹੁੰਦੀ ਹੈ। ਸਰ ਕੀ ਇਨਪੁੱਟ ਮਿਲੀ ਸੀਗੀ, ਕਿਸ ਤਰੀਕੇ ਨਾਲ? ਇਨਪੁੱਟ ਤਾਂ ਹੈ ਪਹਿਲਾਂ ਰਡਾਰ 'ਚ ਸੀਗੇ ਅਤੇ ਆਪਾਂ ਰਿਕਵਰੀ ਵੈਪਨ ਦੀ ਰਿਕਵਰੀ ਕਰਾਉਣ ਪੁਲਿਸ ਪਾਰਟੀ ਲੈ ਕੇ ਆਈ ਸੀਗੀ ਸੀਆਈਏ ਦੀ ਅਤੇ ਸੋਫਿਸਟੀਕੇਟਿਡ ਵੈਪਨਸ ਰਿਕਵਰ ਹੋਏ ਇਹਨਾਂ ਤੋਂ, ਤਿੰਨ ਵੈਪਨਸ ਇਹਨਾਂ ਨੇ ਛੁਪਾ ਕੇ ਰੱਖੇ ਹੋਏ ਸੀਗੇ। 16 ਪਰਚੇ ਦੋਨਾਂ 'ਤੇ ਦਰਜ ਹੈ, ਡਬਲ ਮਰਡਰ ਹੈ, ਅਟੈਂਪਟ ਟੂ ਮਰਡਰ ਹੈ, ਐਕਸਟੋਰਸ਼ਨ ਹੈ
ਤੇ ਜੇਲ੍ਹ 'ਚ ਵੀ ਰਹਿ ਕੇ ਬਿਸ਼ਨੋਈ ਲਈ ਕੰਮ ਕਰਦੇ ਸੀਗੇ। ਕਿਸ ਗੈਂਗ ਨਾਲ ਸੰਬੰਧਿਤ? ਬਿਸ਼ਨੋਈ ਦੇ ਨਾਲ। ਹੋਰ ਇਹਨਾਂ ਦੀਆਂ ਕਿਹੜੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੈਗੇ ਨੇ ਜਾਂ ਹੋਰ ਕਿਹੜੀ ਵਾਰਦਾਤ ਕਰਨੀ ਸੀ ਇਹਦੇ ਬਾਰੇ? ਵਾਰਦਾਤ ਇਹ ਤਾਂ ਹੁਣ ਫੜੇ ਹਾਂ ਆਪਾਂ, ਅਤੇ ਇਨ ਕੋਰਸ ਆਫ ਟਾਈਮ ਇਨਵੈਸਟੀਗੇਸ਼ਨ ਜਿਹੜਾ ਆਏਗਾ ਤੁਹਾਨੂੰ ਦੱਸ ਦਿੱਤਾ ਜਾਊਗਾ। ਠੀਕ ਹੈ, ਤਾਂ ਬਿਲਕੁਲ ਬਿਸ਼ਨੋਈ ਗੈਂਗ ਦੇ ਨਾਲ ਸੰਬੰਧਿਤ ਹੈਗੇ ਨੇ ਔਰ ਜਿਹੜੇ ਇਹਨਾਂ ਨੇ ਹਥਿਆਰ ਲੁਕੋਏ ਹੋਏ ਸੀਗੇ ਇਸ ਇਲਾਕੇ ਦੇ ਵਿੱਚ, ਜਿਹੜੇ ਹਥਿਆਰ ਲੁਕੋਏ ਹੋਏ ਸੀਗੇ ਉਹ ਉਹਨਾਂ ਦੀ ਭਾਲ ਦੇ ਵਿੱਚ ਪੁਲਿਸ ਨਿਸ਼ਾਨਦੇਹੀ ਕਰਨ ਵਾਸਤੇ ਆਈ ਸੀਗੀ। ਨਵੀਂ ਤੇ ਤਾਜ਼ਾ ਅਪਡੇਟ ਲਈ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ, ਮੈਨੂੰ ਦਿਓ ਇਜਾਜ਼ਤ, ਧੰਨਵਾਦ।